ਲਗਾਤਾਰ ਹੀ ਸਿੱਖਾਂ ਦੇ ਉੱਤੇ ਕਿਤੇ ਨਾ ਕਿਤੇ ਹਮਲਾ ਜਿਹੜਾ ਹੈ ਉਹ ਹੋ ਰਿਹਾ। ਕੱਲ੍ਹ ਸ਼ਾਮ ਨੂੰ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਦੇ ਬਾਹਰ ਇੱਕ ਪਰਿਵਾਰ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਕੇ ਇਕੱਠਿਆਂ ਕਰਕੇ ਹੰਗਾਮਾ ਕੀਤਾ ਗਿਆ, ਗੁਰਦੁਆਰੇ ਦੇ ਉੱਤੇ ਪੱਥਰਬਾਜ਼ੀ ਕੀਤੀ ਗਈ। ਇਹ ਬਹੁਤ ਹੀ ਮਾੜੀ ਘਟਨਾ ਹੈ, ਕਿਉਂਕਿ ਪਹਿਲਾਂ ਤਾਂ ਉੱਥੇ ਇੱਕ ਸਿੱਖ ਲੜਕੀ ਦਾ ਜ਼ਬਰੀ ਧਰਮ ਪਰਿਵਰਤਨ ਕਰਾਉਣਾ ਹੀ ਜਿਹੜਾ ਹੈ ਉਹ ਬਹੁਤ ਵੱਡਾ ਗਲਤ ਹੈ। ਕਿਸੇ ਨੂੰ ਜ਼ਬਰੀ ਜਿਹੜਾ ਹੈ ਉਹ ਧਰਮ ਤੋਂ ਜਿਹੜਾ ਪਾਸੇ ਕਰਨਾ, ਧਰਮ ਤੋਂ ਬੇਮੁੱਖ ਕਰਨਾ, ਇਹ ਨੈਤਿਕ ਤੌਰ ਦੇ ਉੱਤੇ ਸਹੀ ਨਹੀਂ ਹੈ। ਬਹੁਤ ਵੱਡੀ ਗਲਤੀ ਜਿਹੜੀ ਹੈ ਉੱਥੇ ਉਹਨਾਂ ਲੋਕਾਂ ਵੱਲੋਂ, ਜੇ ਮੈਂ ਸਮਝਦਾ ਕਿ ਸ਼ਰਾਰਤੀ ਲੋਕਾਂ ਵੱਲੋਂ ਕੀਤੀ ਗਈ ਕਿ ਇੱਕ ਲੜਕੀ ਨੂੰ ਗੁੰਮਰਾਹ ਕਰਕੇ ਉਹਦਾ ਜ਼ਬਰੀ ਧਰਮ ਪਰਿਵਰਤਨ ਕਰਾਇਆ ਗਿਆ। ਅਤੇ ਫਿਰ ਉਸ ਮਸਲੇ ਦੀ ਆੜ ਦੇ ਵਿੱਚ ਗੁਰਦੁਆਰਾ ਸਾਹਿਬ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਨੂੰ ਨਿਸ਼ਾਨਾ ਬਣਾਉਣਾ, ਇਹ ਉਸ ਤੋਂ ਵੀ ਜਿਹੜਾ ਮੰਦਭਾਗੀ ਗੱਲ ਹੈ। ਜਿੱਥੇ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਸਾਹਿਬਾਨ ਦੇ ਉੱਤੇ ਪੱਥਰਬਾਜ਼ੀ ਕੀਤੀ ਗਈ ਹੈ, ਉੱਥੇ ਮੱਧ ਪ੍ਰਦੇਸ਼ ਦੇ ਵਿੱਚ ਸਿੱਖਾਂ ਨੂੰ ਉਜਾੜਿਆ ਜਾ ਰਿਹਾ, ਸਿੱਖਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ, ਸਿੱਖਾਂ ਨੂੰ ਜਿਹੜਾ ਹੈ ਉਹ ਸਬਕ ਸਿਖਾਉਣ ਦੇ ਜਿਹੜੇ ਹੈ ਉਹ ਵੱਡੀਆਂ ਜਿਹੜੀਆਂ ਨੇ ਗੱਲਾਂ ਕੀਤੀਆਂ ਜਾ ਰਹੀਆਂ ਨੇ। ਅਤੇ ਇਹ ਅੱਜ ਲੋੜ ਹੈ ਕਿ ਸਿੱਖ ਵੀ ਜਿਹੜੇ ਹੈ ਉਹ ਇੱਕ ਮੰਚ ਦੇ ਉੱਤੇ ਇਕੱਠੇ ਹੋ ਕੇ ਸੋਚ ਵਿਚਾਰ ਜਿਹੜੀ ਹੈ ਉਹ ਜ਼ਰੂਰ ਕਰਨ। ਸਾਡੀ ਆਪਸੀ ਪਾਟੋ ਤਾੜ, ਸਾਡੀ ਆਪਸੀ ਜਿਹੜੀ ਹੈ ਖਹਿਬਾਜ਼ੀ ਸਾਡਾ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ। ਪਾਕਿਸਤਾਨ ਸਰਕਾਰ ਨੂੰ ਜਿਹੜਾ ਹੈ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਖ਼ਤ ਤੋਂ ਸਖ਼ਤ ਉਸ ਬੰਦੇ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਜਿਹੜਾ ਨਨਕਾਣਾ ਸਾਹਿਬ ਦਾ ਨਾਂ ਬਦਲਣ ਦੀ ਗੱਲ ਕਰਦਾ ਹੈ, ਜਿਹੜਾ ਨਨਕਾਣਾ ਸਾਹਿਬ ਨੂੰ ਜਿਹੜਾ ਹੈ ਉਹ ਖਤਮ ਕਰਨ ਦੀ ਗੱਲ ਕਰਦਾ ਹੈਗਾ, ਜਿਹੜਾ ਲੋਕਾਂ ਨੂੰ ਭੜਕਾ ਰਿਹਾ ਹੈਗਾ, ਉਹਨਾਂ ਲੋਕਾਂ ਦੇ ਖਿਲਾਫ਼ ਪਾਕਿਸਤਾਨ ਸਰਕਾਰ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਬੜੀ ਖੁਸ਼ੀ ਵਾਲੀ ਗੱਲ ਹੈ ਕਿ ਕੈਪਟਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਟਵੀਟ ਕਰਕੇ ਕਿਹਾ ਹੈਗਾ ਕਿ ਪਾਕਿਸਤਾਨ ਦੇ ਸਿੱਖਾਂ ਦੀ ਜਾਨ ਮਾਲ ਦੀ ਹਿਫਾਜ਼ਤ ਉਹ ਕਰੇ, ਪਰ ਉੱਥੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਜਿਹੜਾ ਚਾਹੀਦਾ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੂੰ ਵੀ ਕਹੇ ਕਿ ਸਿੱਖਾਂ ਦਾ ਉਜਾੜਾ ਬੰਦ ਕੀਤਾ ਜਾਏ ਅਤੇ ਜਿਹੜੇ ਸਿੱਖਾਂ ਦੇ ਖਿਲਾਫ਼ ਬੋਲ ਰਹੇ ਨੇ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈਆਂ ਜਿਹੜੀਆਂ ਉਹ ਕੀਤੇ ਜਾਣ। ਅਤੇ ਇਹ ਬਹੁਤ ਵੱਡੀਆਂ ਜਿਹੜੀਆਂ ਨੇ ਦੋ ਮੰਦਭਾਗੀਆਂ ਘਟਨਾਵਾਂ ਮੱਧ ਪ੍ਰਦੇਸ਼ ਦੇ ਅੰਦਰ ਔਰ ਕੱਲ੍ਹ ਸ਼ਾਮ ਨੂੰ ਪਾਕਿਸਤਾਨ ਦੇ ਅੰਦਰ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਜਿਹੜਾ ਸਿੱਖਾਂ ਦਾ ਦਿਲ ਹੈ ਉਸ ਜਗ੍ਹਾ ਦੇ ਉੱਤੇ ਜਿਹੜਾ ਹੈ ਉਸਦੇ ਬੂਹੇ ਮੂਹਰੇ ਖੜ੍ਹ ਕੇ ਦਰਵਾਜ਼ੇ ਮੂਹਰੇ ਖੜ੍ਹ ਕੇ ਜਿਹੜਾ ਹੈ ਨਨਕਾਣਾ ਸਾਹਿਬ ਪਵਿੱਤਰ ਸ਼ਹਿਰ ਦਾ ਨਾਂ ਜਿਹੜਾ ਬਦਲਣ ਦੀਆਂ ਗੱਲਾਂ ਕਰਨੀਆਂ ਜਿਹੜੀਆਂ ਹੈਗੀਆਂ ਇਹ ਬਿਲਕੁਲ ਬਹੁਤ ਗਲਤ ਗੱਲ ਹੈ ਔਰ ਭਾਰਤ ਸਰਕਾਰ ਵੀ ਜਿਹੜੀ ਹੈ ਪਾਕਿਸਤਾਨ ਸਰਕਾਰ ਨੂੰ ਇਸ ਪੱਖੋਂ ਤਾੜਨਾ ਕਰੇ। ਅਤੇ ਮੈਂ ਇੱਕ ਵਾਰੀ ਫਿਰ ਸਿੱਖਾਂ ਨੂੰ ਇਹ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਜਿਹੜੇ ਦੁਨੀਆ ਭਰ ਦੇ ਵਿੱਚ ਵਸਦੇ ਹੈ ਕਿ ਇਹ ਜਿਹੜਾ ਵਕਤ ਹੈ ਇਹ ਆਪਸ ਦੇ ਵਿੱਚ ਲੜਨ ਦਾ ਵਕਤ ਨਹੀਂ ਹੈ, ਲੜਨ ਦਾ ਵੇਲਾ ਨਹੀਂ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਦੇ ਹੇਠ ਅਸੀਂ ਆਪਣੇ ਨਿੱਕੇ ਨਿੱਕੇ ਮਤਭੇਦ ਜਿਹੜੇ ਨੇ ਉਹਨਾਂ ਨੂੰ ਪਾਸੇ ਰੱਖ ਕੇ ਇਕੱਠੇ ਹੋਈਏ, ਅਸੀਂ ਇਕੱਠੇ ਹੋਵਾਂਗੇ ਅਤੇ ਸਾਡੀ ਜਿਹੜੀ ਹੈ ਹਿਫਾਜ਼ਤ ਜਿਹੜੀ ਹੈ ਅਸੀਂ ਆਪ ਕਰ ਸਕਣ ਦੇ ਸਮਰੱਥ ਬਣਾਂਗੇ ਅਤੇ ਕਿਸੇ ਨੇ ਸਾਡੀ ਹਿਫਾਜ਼ਤ ਜਿਹੜੀ ਹੈ ਉਹ ਨਹੀਂ ਕਰਨੀ ਹੈ। ਕਿਸੇ ਸਰਕਾਰ ਨੇ ਹਿਫਾਜ਼ਤ ਨਹੀਂ ਕਰਨੀ, ਸਾਨੂੰ ਆਪਣੀ ਹਿਫਾਜ਼ਤ ਜਿਹੜੀ ਹੈ ਉਹ ਆਪ ਕਰਨੀ ਪੈਣੀ ਹੈ। ਆਪ ਅਸੀਂ ਹਿਫਾਜ਼ਤ ਕਰਨ ਦੇ ਸਮਰੱਥ ਉਦੋਂ ਹੀ ਬਣਾਂਗੇ ਜਦੋਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਥੱਲੇ ਇਕੱਠੇ ਹੋ ਕੇ ਬੈਠਾਂਗੇ। ਬਸ ਇਹੋ ਮੈਂ ਸਿੱਖਾਂ ਨੂੰ ਕਹਿਣਾ ਚਾਹੁੰਦਾ ਅਤੇ ਮੈਂ ਫਿਰ ਇੱਕ ਵਾਰੀ ਪਾਕਿਸਤਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਦੋਸ਼ੀਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਕੱਲ੍ਹ ਦੀ ਘਟਨਾ ਦੇ ਨਾਲ ਪਾਕਿਸਤਾਨ ਦਾ ਅਕਸ ਜਿਹੜਾ ਹੈਗਾ ਉਹ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਬਹੁਤ ਮਾੜਾ ਗਿਆ ਹੈਗਾ ਅਤੇ ਇਹ ਉਹਨਾਂ ਦੋਸ਼ੀਆਂ ਦੇ ਖਿਲਾਫ਼ ਉਹ ਕਾਰਵਾਈ ਕਰੇ। ਬਹੁਤ ਨਿੰਨਿਆ ਅਤੇ ਮਾੜੀ ਗੱਲ ਹੈ। ਪਹਿਲਾਂ ਜਬਰਨ ਕਿਸੇ ਦਾ ਧਰਮ ਤਬਦੀਲ ਕਰਾਉਣਾ, ਉਸ ਨੂੰ ਗੱਲ ਨੂੰ ਛੁਪਾਉਣ ਪਿੱਛੇ ਜਾਂ ਐਵੇਂ ਗੱਲ ਨੂੰ ਗੁੰਮਰਾਹ ਕਰਨ ਪਿੱਛੇ ਉਸਨੂੰ ਸ਼ਰਾਰਤੀ ਅੰਸ਼ਰ ਨੇ ਸੰਗਤਾਂ ਨੂੰ ਨਾਲ ਲੈ ਕੇ ਇਕੱਠੀਆਂ ਕੀਤੀਆਂ, ਗੁੰਮਰਾਹ ਕੀਤਾ। ਪਵਿੱਤਰ ਧਰਤੀ ਨਨਕਾਣਾ ਸਾਹਿਬ ਜਿਸ ਨੂੰ ਦੁਨੀਆ ਸਲਾਮ ਕਰਦੀ ਹੈ, ਨਤਮਸਤਕ ਹੁੰਦੀ ਹੈ, ਉੱਥੇ ਆ ਕੇ ਗੁਰਦੁਆਰੇ ਦੇ ਬਾਹਰ ਆ ਕੇ ਸੰਗਤ ਨੂੰ ਇਕੱਠੇ ਕਰਕੇ ਉੱਥੇ ਪੱਥਰਬਾਜ਼ੀ ਕਰਨੀ ਜਾਂ ਮੰਦਭਾਗੀ ਘਟਨਾ ਕਰਨੀ ਜਾਂ ਅਪਸ਼ਬਦ ਬੁਲਾਉਣੇ ਜਾਂ ਨਨਕਾਣਾ ਸਾਹਿਬ ਦਾ ਨਾਂ ਬਦਲ ਦੀ ਗੱਲ ਕਰਨੀ, ਇਸ ਤੋਂ ਮਾੜੀ ਹੋਰ ਕੋਈ ਗੱਲ ਨਹੀਂ ਹੋ ਸਕਦੀ। ਮੈਂ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ, ਜੋ ਲਹਿੰਦੇ ਪੰਜਾਬ ਦਾ ਮੁੱਖ ਮੰਤਰੀ, ਉਹਨੂੰ ਬੇਨਤੀ ਕਰਦਾ ਕਿ ਦੋਸ਼ੀ ਦੇ ਖਿਲਾਫ਼ ਸਖ਼ਤ ਕਾਰਵਾਈ ਕਰਕੇ ਹੁਣ ਜੇਲ੍ਹ ਵਿੱਚ ਸੁੱਟਣ ਦਾ ਕੰਮ ਕੀਤਾ ਜਾਵੇ ਅਤੇ ਇਸੇ ਗੱਲ ਨੂੰ ਮੈਂ ਬਰਕਰਾਰ ਰੱਖਿਆ ਜਿਵੇਂ ਪਹਿਲਾਂ ਹੈ। ਨਨਕਾਣਾ ਸਾਹਿਬ ਇੱਕ ਸਿੱਖਾਂ ਦਾ ਦਿਲ ਹੈ, ਦੁਨੀਆਂ ਦੇ ਕਿਸੇ ਕੋਨੇ ਸਿੱਖ ਬੈਠਾ ਹੈ, ਉਸਦੀ ਹਰੇਕ ਦੀ ਆਸਥਾ ਨਨਕਾਣਾ ਸਾਹਿਬ ਨਾਲ ਜੁੜੀ ਹੋਈ ਹੈ। ਨਨਕਾਣਾ ਸਾਹਿਬ ਕੋਲ ਸਿੱਖਾਂ ਦਾ ਸਥਾਨ ਨਹੀਂ, ਗੁਰੂ ਨਾਨਕ ਦਾ ਜਨਮ ਸਥਾਨ ਹੈ, ਪਵਿੱਤਰ ਜਗ੍ਹਾ ਹੈ, ਉਹਨੂੰ ਹਿੰਦੂ ਵੀ ਮੰਨਦਾ, ਮੁਸਲਮਾਨ ਵੀ ਮੰਨਦਾ, ਸਿੱਖ ਨੇ ਤਾਂ ਮੰਨਣਾ ਹੀ ਮੰਨਣਾ ਹੈ। ਅਤੇ ਮੈਂ ਉਸਨੂੰ ਪ੍ਰਧਾਨ ਮੰਤਰੀ ਨੂੰ, ਮੁੱਖ ਮੰਤਰੀ ਨੂੰ ਇਹੀ ਬੇਨਤੀ ਕਰਦਾ ਕਿ ਦੋਸ਼ੀ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਦੂਜੀ ਮੈਂ ਗੱਲ ਹੋਰ ਵੀ ਕਹਿਣੀ ਚਾਹੁੰਦਾ, ਨਵਜੋਤ ਸਿੰਘ ਸਿੱਧੂ ਹੈ,
ਉਹ ਹੁਣ ਕਿੱਥੇ ਆ, ਉਹਨੂੰ ਇਸ ਗੱਲ 'ਤੇ ਪੂਰਾ ਪਹਿਰਾ ਦੇਣਾ ਚਾਹੀਦਾ, ਉਹ ਜਾ ਕੇ ਉੱਥੋਂ ਮਦਦ ਕਰਨੀ ਚਾਹੀਦੀ ਹੈ। ਹੁਣ ਬੋਲ ਨਹੀਂ ਰਿਹਾ, ਉਹਦਾ ਹੱਕ ਬਣਦਾ ਵੀ ਮੈਂ ਵੀ ਜਾ ਕੇ ਉੱਥੇ ਜਾ ਕੇ ਸਿੱਖਾਂ ਨੂੰ ਆਪਣਾ ਹੱਕ ਦਵਾਉਣ ਦੀ ਗੱਲ ਕਰਾਂ।